ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮਾਤਮਾ ਅੱਗੇ ਅਰਦਾਸ ਹੈ ਕਿ ਤੁਸੀਂ ਹਮੇਸ਼ਾ ਖੁਸ਼ ਰਹੋ, ਤੰਦਰੁਸਤ ਰਹੋ ਅਤੇ ਚੜ੍ਹਦੀਆਂ ਕਲਾਂ ਦੇ ਵਿੱਚ ਰਹੋ ਜੀ। ਸੋ ਸਾਰੇ ਜ਼ਿਮੀਂਦਾਰ ਖੇਤਾਂ ਦੇ ਵਿੱਚ ਰੁੱਝੇ ਹੋਏ ਆ। ਹੁਣ ਜਾਣੀ ਕਣਕ ਦਾ ਕੰਮ ਤਾਂ ਤਕਰੀਬਨ 80% ਦੇ ਕਰੀਬ ਪਹੁੰਚ ਗਿਆ ਲੋਕਾਂ ਦਾ, ਵੀ ਮਤਲਬ ਕੰਪਲੀਟ ਹੋ ਗਿਆ। 20% ਲੋਕ ਹੈਗੇ ਹਨ, ਕਿਉਂਕਿ ਜਦੋਂ ਇਹ ਨਹੀਂ, ਇਹ ਵੀ ਖਤਮ ਹੋ ਜਾਣਾ ਸੀਗਾ ਜਦੋਂ ਬਿਜਾਈ ਹੋਈ ਸੀ ਕਣਕਾਂ ਦੀ, ਉਸ ਸਮੇਂ ਮੀਂਹ ਪੈ ਗਏ ਸੀਗੇ, ਬਾਰਿਸ਼ਾਂ ਹੋ ਗਈਆਂ ਸੀ, ਜਿਹਦੇ ਕਰਕੇ ਲੋਕਾਂ ਨੂੰ ਕਈਆਂ ਨੂੰ ਆਏ ਆ ਵੀ 10-10 15-15 ਦਿਨ ਲੇਟ ਬੀਜਣੀਆਂ ਪੈ ਗਈਆਂ ਸੀਗੀਆਂ, ਜਿਹਦੇ ਕਰਕੇ ਕੋਈ ਲੇਟ ਕੋਈ ਪਹਿਲਾਂ ਥੋੜ੍ਹਾ ਜਿਹਾ ਕੈਕਣਾ ਜਿਹਾ ਸੀਜ਼ਨ ਥੋੜ੍ਹਾ ਜਿਹਾ ਇਸ ਵਾਰ ਕਣਕ ਦਾ ਥੋੜ੍ਹਾ ਜਿਹਾ ਲੰਬਾ ਚੱਲ ਗਿਆ, 5-7 ਦਿਨ 10 ਦਿਨ ਮਤਲਬ। ਅਤੇ ਸਾਰਿਆਂ ਦਾ ਤਕਰੀਬਨ ਝਾੜ ਵੀ ਸੋਹਣਾ ਰਿਹਾ, ਮੇਰੇ ਵੀ ਝਾੜ ਜਿਹੜਾ ਉੱਥੇ ਦਾ ਹੈਗਾ 20 ਕੁਇੰਟਲ ਦੇ ਕਰੀਬ ਆ ਗਿਆ ਜੀ। ਅਤੇ ਹੁਣ ਪਹੁੰਚੇ ਹੋਏ ਜੀ ਚੋਈ ਵਾਲੇ ਖੇਤ ਦੇ ਵਿੱਚ, ਜਿੱਥੇ ਪਾਣੀ ਨੇ ਕਣਕ ਮਾਰਤੀ ਸੀ। ਉਹ ਤੋਂ ਬਾਅਦ ਦੇ ਵਿੱਚ ਉਹ ਫਿਰ ਗੁੱਜਰਾਂ ਨੂੰ ਵਢਵਾਈ ਜੀ ਉਰੇ ਤੇ, ਅਤੇ ਉਹਦੇ ਵਿੱਚ ਆ ਹੁਣ ਜਾਨਵਰਾਂ ਵਾਸਤੇ ਆਪਾਂ ਨੇ ਚਾਰਾ ਜਾਂ ਬੀਜਤਾ ਤਾਂ ਪਿੱਛੇ ਤੁਹਾਨੂੰ ਦਿਖਾਈ ਵੀਡੀਓ 'ਤੇ। ਇੱਥੇ ਥੋੜ੍ਹੇ ਜਿਹੇ ਮਾਂ ਬੀਜੇ ਦੇ, ਮਾਹਾਂ ਨੂੰ ਤਾਂ ਮਤਲਬ ਕਿ ਕਹਿਣ ਦਾ ਭਾਵ ਉਹ ਆਪਣਾ ਜਿਹੜਾ ਸੁੰਡੀ ਜੀ ਹੁੰਦੀ ਉਹਨੇ ਕੰਮ ਖਰਾਬ ਕਰਤਾ ਸੀਗਾ, ਅਤੇ ਇਹਦੇ ਵਿੱਚ ਵੀ ਹੈਗਾ ਕਿਤੇ ਨਾ ਕਿਤੇ। ਪਰ ਇੱਥੇ ਤਾਂ ਕੋਈ ਲੋਕਲ ਜਾਨਵਰ ਜਿਹੜੇ ਅਵਾਰਾ ਘੁੰਮਦੇ ਉਹਨਾਂ ਨੇ ਬਹੁਤ ਖਾਧਾ ਇਹਨੂੰ ਪਹਿਲਾਂ, 1-2 ਵਾਰ ਕੱਢੀ ਬਾਬੇ ਨਾਨਕ ਦੀ ਕਿਰਪਾ ਦੇ ਨਾਲ ਆਪੇ ਹੀ। ਹੁਣ ਆਉਣ ਨੂੰ ਤਾਂ ਹਟ ਕੇ ਜਾਨਵਰ ਪਤਾ ਨਹੀਂ ਕਿੱਧਰ ਨੂੰ ਜਾਂਦੇ ਕਿੱਧਰ ਨੂੰ ਨਹੀਂ ਜਾਂਦੇ। ਹੁਣ ਉਹ ਜਾਣੀ ਸੋਹਣਾ, ਹੁਣ ਇਹਦੇ ਵਿੱਚ ਇੱਕ ਰੇਜਾ ਗੇਰ ਦੇਣਾ ਅਤੇ ਅੱਜ ਸਪਰੇ ਵੀ ਕਰਨੀ ਹੈ। ਅਤੇ ਪਾਪਾ ਜੀ ਅੱਜ ਸਵੇਰੇ ਸਾਜਰੇ ਉੱਠ ਕੇ ਆ ਕੇ ਆਹ ਲਾਗੇ ਕੀ ਕਰਨਾ, ਆਹ ਇਹਨਾਂ ਨੇ ਕਰੀ ਜੀ ਗਡਾਈ ਸਾਰੀ ਉਹ, ਅਤੇ ਵਿੱਚ ਨੂੰ ਲੈਣਾ ਜੇ ਦੇਖਦੀਆਂ। ਪਰ ਜਾਣੀ ਆਹ ਸੁੰਡੀ ਨੇ ਕੰਮ ਖਰਾਬ ਕਰਤਾ ਹੋਇਆ ਜੀ ਖਾਸਾ, ਜਿਹੜਾ ਬੱਜੇ ਨੇ ਉੱਧਰ ਉਲਝੇ ਰਹੇ ਵਿੱਚ। ਤੁਹਾਨੂੰ ਪਤਾ ਹੀ ਆ ਹੁਣ ਵੀ ਕਿਵੇਂ ਚੱਲਦਾ ਕੰਮ, ਸਾਡਾ ਤਾਂ ਡਾਵਾਂ ਡੋਲ ਜਾਈਏ। ਬਜਾਣੀ ਉਹ ਜਿੱਕਣਾ ਭਾਈ, ਲੋਕ ਮਿਹਨਤ ਕਰਦੇ ਕੋਣ ਸੱਤ ਤਾਂ ਨਹੀਂ ਹੁੰਦੀ। ਬਾਪੂ ਤਾਂ ਸਾਡਾ ਫਿਰ ਵੀ ਗਾਲਾਂ ਕੱਢਦਾ ਵੀ ਕਰ ਲਓ ਕੁਛ, ਕਰ ਲਓ ਕਰ ਲਓ, ਫਿਰ ਚੱਲੀ ਜਾ ਰਿਹਾ ਬਸ। ਅਤੇ ਇੱਧਰ ਤਾਂ ਘੱਟੇ ਹੋਇਆ ਵਾ ਪਾਣੀ ਨੇ ਬੀਜਣ ਦੇ, ਥੋੜ੍ਹੇ ਦਿਨ ਬਾਅਦ ਵਿੱਚ ਪਾਣੀ ਇੱਕ ਵਾਰ ਰੱਜ ਕੇ ਪਾਣੀ ਜਾਂ ਮੀਂਹ ਜਿਹਾ ਪੈ ਗਿਆ ਸੀਗਾ, ਉਹਨੇ ਵੀ ਥੋੜ੍ਹੇ ਜਿਹਾ ਖਰਾਬ ਕਰਤਾ। ਪਰ ਜਾਣੀ ਹੋ ਜਾਣੇ ਬਥੇਰੇ ਫਿਰ ਵੀ ਕਿਰਪਾ ਦੇ ਨਾਲ। ਅਤੇ ਹੁਣ ਸਪਰੇਅ ਕਰਨੀ ਹੈ ਵਿੱਕੀ, ਇਹਦੇ ਪਰ ਵੀ ਕਰਨੀ ਪੈਣੀ ਮੈਨੂੰ ਲੱਗਦਾ ਮੱਕੀ ਪਰ। ਹਾਂ ਮੈਨੂੰ ਲੱਗਦਾ ਵਿੱਚ ਵਿੱਚ ਮਹਾਂ ਜੇ ਹੋ ਜਾਂਦੀ ਤਾਂ ਚੰਗੀ ਉੱਥੇ ਵਿੱਚੇ ਕਿ ਇਹਦੇ ਪਰ ਉਹ ਇੱਕ ਜਿਹੜਾ ਨੈਨੋ ਯੂਰੀਆ ਪਿਆ ਤਾਂ ਉਹੀ ਕਰ ਦਿੰਦੇ ਨੈਨੋ ਯੂਰੀਆ, ਫਿਰ ਵਿੱਚ ਇਹ ਪਤਾ ਕਰਨਾ ਪੈਣਾ ਵੀ ਨੈਨੋ ਯੂਰੀਆ ਦੇ ਵਿੱਚ ਉਹ ਦਵਾਈ ਪੈ ਜੂਗੀ ਦੂਜੀ ਜ਼ਹਿਰ ਵਾਲੀ, ਉਹ ਪਤਾ ਕਰਨਾ ਪੈਣਾ ਹੈ ਨਾ। ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਜਿਹੜਾ ਟੋਬੇ ਵਾਲਾ ਪਾਣੀ ਲਾਇਆ ਨਾ ਉਹ ਤੋਂ ਬਾਅਦ ਸੌਂ ਜੀ ਹੋ ਗਈ ਸਾਰੀ, ਇਹ ਪਹਿਲਾਂ ਤਾਂ ਥੋੜੇ ਥੋੜੇ ਵਿੱਚ ਡੱਕੇ ਦਿਖਦੇ ਤੇ ਕੁਝ ਨਾ, ਹੁਣ ਵੀ ਹੈਗੇ ਬਥੇਰੇ ਮੱਛਰ ਜਿਹਾ ਪੈ ਗਿਆ ਉਹਦੇ ਹੀ। ਬਸ ਜਿਹੜਾ ਟੋਬੇ ਵਾਲਾ ਪਾਣੀ ਤੋਂ ਗੰਦਾ ਜਿਹਾ ਹੈਗਾ ਤਾਂ ਉਹਦੇ ਕਰਕੇ ਥੋੜ੍ਹਾ ਜਿਹਾ ਫਿਰ ਉਹ ਆ ਗਏ ਵਿੱਚ ਆਪਣੇ ਮੱਛਰ ਜਿਹਾ ਵੀ ਨਾਲੇ ਆ ਗਿਆ। ਉੱਦਾਂ ਤਾਂ ਟੋਬੇ ਵਾਲਾ ਪਾਣੀ ਕਮਾਲ ਕਰਦਾ ਆਉਂਦਾ ਫਸਲ ਨੂੰ ਤਾਂ, ਇਹ ਤਾਂ ਭਲਾ ਸਾਰੇ ਪ੍ਰਕਾਰ ਵਿੱਚ ਕਿਸਮਾਂ ਹੈਗੀਆਂ ਉਹਦੇ 'ਚ, ਇਹ ਤਾਂ ਹੈ। ਪਾਪਾ ਜੀ ਨੂੰ ਮਿਲੋ ਜੀ। ਸਤਿ ਸ਼੍ਰੀ ਅਕਾਲ ਜੀ। 2 ਵਾਰ ਫੋਨ ਕਰ ਲਿਆ ਕਹਿੰਦੇ ਮੈਨੂੰ ਚਾਹ ਲਿਆ ਦੋ, ਵਿੱਕੀ ਪਤਾ ਨਹੀਂ ਕਿੱਧਰ ਨੂੰ ਲੰਘ ਗਿਆ, ਤੂੰ ਕਿੱਧਰ ਨੂੰ ਲੰਘ ਗਿਆ ਤਾ। ਮੈਂ ਮੋਟਰ ਚਲਾ ਕੇ ਆਇਆ ਕਹਿੰਦੇ ਇਹਨੂੰ। ਅੱਛਾ, ਸਪਰੇਅ ਵਾਲਾ ਨੇ ਪੰਗਾ ਖੜਾ ਕਰਿਆ ਪਿਆ, ਪਹਿਲਾਂ ਕਹਿੰਦੇ ਜੀ ਸੁੱਕੇ 'ਚ ਸਪਰੇਅ ਕਰਨ ਨੂੰ ਬਾਅਦ 'ਚ ਦਊਂਗੇ ਦਵਾਈ, ਹੁਣ ਕਹਿੰਦੇ ਜੀ ਉਹ ਆਉਂਦੀ ਹੋ ਨਹੀਂ, ਹੁਣ ਪਾਣੀ ਲਾਓ ਉਹਨੂੰ, ਪਾਣੀ ਲਾ ਕੇ ਸਪਰੇਅ ਕਰੋ। ਮੋਟਰ ਚਲਾ ਕੇ ਆਇਆ। ਚਲ ਠੀਕ, ਮੋਟਰ ਕਿਸੇ ਹੋਰ ਨਹੀਂ ਚਲਾਈ ਹੋਈ ਸੀ। ਹਾਂ
ਉਹ ਪੁੱਛਿਆ ਤਾਂ ਉਹਨਾਂ ਨੇ ਮੈਨੂੰ ਕੱਲ੍ਹ, ਕਹਿੰਦੇ ਚਲਾ ਲਈਏ ਬਾਈ ਕੱਲ੍ਹ ਨੂੰ, ਮੈਂ ਕਿਹਾ ਚਲਾ ਲਿਓ, ਮੇਰੇ ਦਿਮਾਗ 'ਚ ਨਿਕਲ ਗਈ ਫਿਰ ਯਾਨੀ ਖੋਲ੍ਹ ਕੇ ਆਪਣੇ ਵੱਲੋਂ ਕਰਨੀ ਫਿਰ। ਹਾਂ ਮੈਂ ਫੋਨ ਕਰਕੇ ਉਹਨੂੰ ਮੈਂ ਕਹਿਤਾ ਤਾਂ ਮਾਂ ਵੀ ਦੇ ਮੇਰੇ ਤਾਂ ਹੈਗਾ ਸਪਰੇਅ ਦਾ ਕੰਮ। ਹਾਂ ਮੈਂ ਤੇਰੇ ਦਾ ਵਿੱਚ ਡੱਕੇ ਡੁੱਕੇ ਦੇ ਖੜੇ, ਉਹਦੇ ਸਰੋਂ ਦੇ ਡੱਕੇ ਖੜੇ ਵਿੱਚ ਗੰਨੇ ਦੇ। ਹਾਂ ਵੀ ਤੇਰੇ ਦਾ ਗੜਾਈ ਉਹ ਕਰਾਉਣੀ, ਮੈਂ ਸਪਰੇਅ ਕਰਨੀ ਵੀ, ਮੈਨੂੰ ਦੋ ਦਿਨ ਮੋਟਰ ਚਲਾ ਲੈਣ ਦੇ, ਉਹ ਮੇਰਾ ਭਰ ਦੇਣਾ ਫਿਰ ਤੂੰ ਛੱਡ ਦੇ। ਫਿਰ ਕਿਆ ਕਹਿੰਦਾ? ਉਹਨਾਂ ਨੇ ਕਹਿਣਾ ਤਾਂ ਮੈਨੂੰ ਕਰਾ ਕਰਨੀ ਤੀ ਵੀ ਨਹੀਂ, ਪਹਿਲਾਂ ਮੈਂ ਭਰਨੀ। ਆਹੋ ਇਹ ਤਾਂ ਗੱਲ ਹੈਗੀ ਹੈ, ਯਾਨੀ ਉਹ ਮੈਨੂੰ ਪੁੱਛਿਆ ਤਾਂ ਉਹਨੇ ਪਹਿਲਾਂ। ਡੱਕੇ ਪਾਪਾ ਜੀ ਦੇ ਖਾਣੇ ਹੈਗੇ ਆ, ਪਰ ਜਦ ਇਹਨੇ ਕਰਨਾ ਜਗ੍ਹਾ ਢੱਕ ਲੈਣੀ ਫਿਰ ਵੀ ਨੇ ਹੌਲੀ ਹੌਲੀ। ਹੁਣ ਜੰਤਰ ਮੰਤਰ ਲੇਟ ਨੀ ਹੋ ਰਿਹਾ ਕੰਮ ਮੁੜ ਕੇ? ਜੇ ਪਤਾ ਕਿਆ ਹੈ ਇਹ ਗੱਲ, ਮੈਂ ਚਲੋ ਠੀਕ ਆ ਤੁਹਾਡੀ ਗੱਲ ਮੈਂ ਮੰਨਦਾ, ਇਹ ਖੇਤ ਨੀਵਾਂ ਹੋਣ ਕਰਕੇ ਮੈਂ ਕਹਿੰਦਾ ਵੀ ਜੇ ਮੌਕੇ ਪਰ ਮੀਂਹ ਪੈ ਗਿਆ ਉਹਨੇ ਰਲਣਾ ਰੁਲਣਾ ਨਹੀਂ ਵਿੱਚ, ਫਿਰ ਜੇ ਭਰ ਕੇ ਖੜ ਗਿਆ ਉੱਦਾਂ ਤਾਂ ਆਪਾਂ ਬਾਅਦ ਵਿੱਚ ਤੈਨੂੰ ਪਤਾ ਵੀ ਕੱਦੂ ਕੁੱਦੂ ਕਰਕੇ ਰਲਾ ਦਿੰਦੇ ਹਾਂ, ਪਰ ਉਹ ਗੱਲ ਨਹੀਂ ਬਣਦੀ। ਇੱਕ ਇਹਨੂੰ ਯਾਰ ਆਪਾਂ ਨੇ ਉਹ ਵੀ ਕਰਾਉਣਾ ਤਾ ਥੋੜ੍ਹਾ ਜਿਹਾ, ਕਿਉਂਕਿ ਰਹਿਣ ਦੀ ਲੇਬਲ ਕਰਾਉਣ ਨੂੰ ਚੱਕਰ ਖੜਾ ਹੋਜੂ। ਕਣਕ ਮਰਦੀ ਚੱਕਣਾ ਹੁਣ ਥਲੜੀ ਥੜੀ ਸਾਈਡ ਵਾਲੀ ਕਣਕ ਮਰ ਗਈ ਤੇ ਉੱਪਰਲੀ ਸਾਈਡ ਤਾਂ ਠੀਕ ਰਹਿ ਗਈ ਤੀ, ਇਹ ਹੈ ਗੱਲ। ਹਾਂ ਨਹੀਂ ਫਿਰ ਸਾਰੀ ਉਹ ਕਣਕ ਡੁੱਬਣੀ ਸਾਲੀ, ਟੋਬੇ ਦਾ ਮਸਲਾ ਹੱਲ ਜਿਹੜੀ ਐਤਕੀ ਸਰਪੰਚੀ ਦੀਆਂ ਵੋਟਾਂ ਨੇ ਸਰਪੰਚ ਨੂੰ ਪਹਿਲੀ ਕਹਿਣਾ ਵੀ ਭਾਈ ਪਾਈਪ ਲਾਈਨ ਨਦੀ ਨੂੰ ਦਬਾ ਦੇ। ਨਹੀਂ ਪਾਈਪ ਲਾਈਨ ਨਦੀ ਨੂੰ, ਪਾਈਪ ਲਾਈਨ ਤਾਂ ਸਹੀ ਦੱਬ ਹੋਈ ਵੀ ਆ, ਉੱਥੇ ਮੋਟਰ ਸੋਲਰ ਲੱਗ ਜਾਵੇ ਬਸ ਉਹਨੇ ਚੱਲ ਪੈਣਾ ਕੰਮ। ਟੋਬੇ ਵਾਲਾ ਗਾਇਆ ਨਾ ਪਾਣੀ ਦਾ, ਇਸ ਵਾਲਾ ਸਭ ਤੋਂ ਬੜਾ ਸਿਆਪਾ ਹੈ ਜਾਣ ਨੂੰ। ਅੱਛਾ ਚੱਲ ਹੁਣ ਆਪਣੀ ਸਾਈਡ ਇਨਕਮ ਸੋਰਸ ਹੈਗਾ ਯੂਟਿਊਬ ਕਿਰੀ ਤੇ, ਜੇ ਕਿਤੇ ਖੇਤੀ ਪਰ ਨਿਰਭਰ ਕਰਦੇ ਹੁੰਦੇ ਉਹਨੂੰ ਤਾਂ ਪਕੜੇ ਥੋੜਾ ਵਿਕ ਲੈਣ ਦੇ ਭਾਂਡੇ, ਇੱਕ ਅੱਧਾ ਬਿੱਘਾ ਵੇਚਣ ਨੂੰ ਨੌਬਤਾਈ ਪਾਉਣੀ ਦੀ ਵੀ ਵੇਚ ਕੇ ਘਰ ਚਲਾਉਣਾ, ਇਹੋ ਜਿਹੇ ਹਾਲਾਤ ਹੋ ਜਾਣੇ ਸੀ। ਹੁਣ ਘੱਟੋ ਘੱਟ 4-5 ਸਾਲ ਹੋ ਚੱਲੇ ਕਣਕ ਇੱਥੇ ਤਾਂ ਵੱਢੀ ਹੋ ਰਹੀ ਸਾਲੀ, ਐਕਣੀ ਗੁਜਰਾਂ ਨੂੰ ਦੇ ਦਿੱਤੀ ਜੀ ਭੰਗ ਦੇ ਭਾੜੇ, ਆਹ ਕਰਤਾ ਬਹੁ ਕਰਤਾ ਵਾ, ਐਕੜੀ ਚੱਲ ਰਿਹਾ ਹੋਣਾ ਕੰਮ 5 ਸਾਲ ਹੋ ਚੱਲੇ ਨੇ, ਜਿੰਨੀ ਜਗ੍ਹਾ ਹਰੇਕ ਸਾਲ 50,000 ਦੀ ਕਣਕ ਨਿਕਲੇ ਇੱਥੇ ਤਾਂ। ਇਹ ਵੀ ਹੈ ਗੱਲ, ਹੁਣ ਪਤਾ ਕਿਆ ਗੱਲ ਹੈ ਲੋਕ ਟੂਟੀਆਂ ਛੱਡ ਕੇ ਭੁੱਲ ਜਾਂਦੇ ਆ ਪਾਣੀ ਦਾ। ਹੁਣ ਮੈਂ ਕਹਿੰਦਾ 4 ਇੰਚੀ ਪ੍ਰੈਸ਼ਰ ਦੇ ਮੋਟਰ ਦਾ ਜਿੰਨਾ ਪਾਣੀ ਇੰਨਾ ਨਾਲੇ ਦੇ ਵਿੱਚ ਸਿਸਟਮ ਪਾਣੀ ਆ ਰਿਹਾ ਇੱਥੇ। ਉਹੀ ਗੱਲ ਹੈ, ਧਿਆਨ ਨਹੀਂ ਕਰਦੇ ਬਸ, ਗੱਲ ਤਾਂ ਹੈ। ਕਈ ਘਰਾਂ ਦੇ ਵਿੱਚ ਤਾਂ ਇੱਕ ਨਹੀਂ ਸਾਫ਼ ਹੀ ਪਾਣੀ ਨਿਕਲ ਰਿਹਾ ਬਾਹਰ, ਟੂਟੀਆਂ ਦਾ ਸਾਫ਼ ਹੈ, ਕੋਈ ਵਰਤ ਵੀ ਨਹੀਂ ਹੋ ਰਿਹਾ, ਇੱਕ ਤਾਂ ਵਰਤੇ ਹੋ ਰਿਹਾ ਹੋਵੇ ਫਿਰ ਪਛਤਾਇਆ ਕਿਆ ਫਾਇਦਾ ਜਾਂ ਚਿੜੀਆ ਚੋਗੀ ਦੇ ਦਾ, ਹੁਣ ਇੱਥੇ ਤਾਂ ਚੁਗੜੀਆਂ ਸਾਡੀ ਖੇਤ ਚੁੱਕੇਗੀ ਜੇ ਟਾਈਮ ਨਾਲ ਕਿਹੜਾ ਤਾਂ ਪਾਣੀ ਉੱਤਰ ਜਾਣਾ ਤਾਂ ਜਿਹੜੀ ਚੁੱਗੀ ਖੇਤ। ਇੱਕ ਤਾਂ ਫੋਨੇ ਬਹੁਤ ਆਉਂਦੇ ਆ ਨਰਮ ਥੱਲੇ ਧਰਤੀ ਤਾਂ, ਇਹ ਮੀਂਹ ਵਾਲੇ ਪਾਣੀ ਦੀ ਤਾਂ ਨਹੀਂ ਕਿਤੇ ਵਿੱਕੀ ਨੇ ਪਾਣੀ ਲਾ ਦਿੱਤਾ ਜਿਹੜਾ ਉਹਦੀ, ਉਹਦੇ ਕਰਕੇ ਹੈ ਨਾ ਮੀਂਹ ਜੇ ਵੀ ਨਰਮ ਹੋ ਗਈ ਨਾ ਜਿਹੜੀ ਕਿੰਨੇ ਪੈ ਗਏ ਕੱਲ੍ਹ, ਉਹਦੇ ਕਰਕੇ ਵੀ ਫਰਕ ਪੈ ਗਿਆ ਹੈ ਨਾ। ਉੱਦਾਂ ਕੱਖ ਤਾਂ ਹੈ ਨਹੀਂ ਵੈਸੇ, ਹੈ ਨਾ, ਮੈਂ ਸੁੱਕ ਜਾਣਾ ਚਾਹੁੰਦੇ ਹਾਂ, ਕੰਡ ਹੋ ਜਾਣੀ। ਅੱਛਾ ਵੀ ਕੰਡ ਜੀ ਬਣਨ ਵਾਲੀ ਗੱਲ, ਪਾਣੀ ਲਾਉਣਾ ਪੈਣਾ ਦੁਬਾਰਾ, ਘੱਟ ਆ ਇਹ ਵੀ ਹੈ ਗੱਲ। ਵੈਸੇ ਤਾਂ
ਉਦਾਂ ਹੈ ਤਾਂ ਰੇਤਾ ਜਿਹਾ ਇਹਦੇ ਪਰ ਤਾਂ ਨਹੀਂ ਇੰਨੀ ਕੰਡ ਬਣਦੀ ਹੁੰਦੀ ਇਹ ਵੀ ਗੱਲ ਹੈਗੀ ਆ ਕਿਆ ਫਰਕ ਪੈ ਗਿਆ ਕੱਲ੍ਹ ਨੂੰ ਸਵੇਰੇ ਲਾ ਦਿੱਤਾ ਖੋਲਾ ਇਹ ਵੀ ਇਹ ਗੱਲ ਗੜਾਈ ਤਾਂ ਗੜਾਈ ਹੋ ਇਹ ਵੀ ਗੱਲ ਗੜਾਈ ਤਾਂ ਗੜਾਈ ਆ ਉਹਨਾਂ ਨੇ ਮਾੜਾ ਮੋਟਾ ਕੱਖ ਨੂੰ ਫਰਕ ਤਾਂ ਪੈਂਦਾ ਐਂ ਤਾਂ ਹੈਗਾ ਵਿੱਚ ਵਿੱਚ ਕਣਕ ਟੋਟਲ ਉੱਥੇ ਹੋਇਆ 197 ਕੱਟਾ ਪਜਾ ਕੇ ਲੋੜ ਆ ਮਤਲਬ ਡੇਢ ਕੁਇੰਟਲ ਘੱਟ 100 ਕੁਇੰਟਲ ਹੋ ਗਈ ਹੈ ਹਾਂ ਜਿਹੜੀ ਉਹੀ ਤੀ ਹੁਣ ਐ ਤਾਂ ਘਰਾਂ ਵੀ ਤਾਂ ਲਾਈ ਆਪਾਂ ਨੇ ਟਰਾਲੇ ਦੇ ਵਿੱਚ ਹਾਂ 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 ਬਾਕੀ ਕੁਇੰਟਲ ਖੰਡ ਉਹ ਝਾੜ ਜਾ ਮੁੜਿਆ ਵਿੱਚ ਤੇ ਜਿਹੜਾ ਛਾਣ ਜਾ ਜਿੰਨੀ ਕੁ ਦੂਈ ਤਾਰੀ ਆਪਾਂ ਨੇ ਸੁਕਾਉਣ ਵਾਸਤੇ ਉਨੀ ਕੁ ਲੱਦ ਵੀ ਲੱਤੀ ਸੀ 21-22 ਦੇ ਵਿੱਚ ਵਿੱਚ ਆ ਗਈ ਸਮਝ ਲਓ ਠੀਕ ਰੱਖਤਾ ਜਿਹੜਾ ਕੋ ਹੈਗਾ ਵਾਹਿਗੁਰੂ ਭਲਾ ਕਰੇ ਬਸ ਜਿਹੜੇ ਦਾਣੇ ਆਏ ਆ ਜਿਹੜੇ ਪੈਸੇ ਆਏ ਆ ਉਹਦੇ ਸਹੀ ਜਗ੍ਹਾ ਲੱਗੇ ਰੇਟ ਹੈਗਾ 2200 ਮੈਂ ਕਿਹਾ 75 ਰੁਪਈਏ ਆ ਮੈਂ ਹੁਣ ਮੈਂ ਥੋੜ੍ਹਾ ਚੈੱਕ ਵੀ ਨਹੀਂ ਕਰਿਆ ਹੈਗਾ ਵੈਸੇ 2275 ਆ ਮੈਨੂੰ ਲੱਗਾ ਹਾਂਜੀ ਨਹੀਂ 2375 ਨਹੀਂ 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 2275 ਹੈ ਜੀ ਮੈਨੂੰ ਹੈ ਨਹੀਂ ਰੇਟ ਨਹੀਂ ਵਧਿਆ ਹਾਲ ਭਈਆ ਲੱਗਿਆ ਜੀ ਕਹਿੰਦੇ ਹੱਥੌੜਾ ਕਰਨ ਕਾਹਦਾ ਹੱਥੌੜਾ ਕਰਾਉਣਾ ਇਹ ਨਹੀਂ ਮੈਨੂੰ ਪਤਾ ਕਿਹਦਾ ਕੀੜਾ ਲੱਗਿਆ ਵਾ ਚੱਲ ਵੀ ਕਰ ਹੱਥੌੜਾ ਕਰ ਇਸਕਾ ਚਲੋ ਕਿਆ ਕਰੇਗਾ ਚਾਹ ਪਲਾਈ ਉਹ ਨੀ ਚਾਹ ਪਲਾਤੀ ਹੁਣ ਤਾਂ ਬੁਲਾ ਗਏ ਇਹਨਾਂ ਨੂੰ ਹਲੇ ਜਦ ਅੱਧੀ ਫਾਟ ਲਾਈ ਦੀ ਆ ਮੈਂ ਚਾਹ ਬੁਲਾ ਗਿਆ ਟਾਈਮ ਕਿੰਨਾ ਹੋ ਗਿਆ ਬਾਈ 9 ਵਜਣੇ ਆ 10 ਵਜੇ ਆਏਗਾ ਚਾਹ ਪੂਰਾ ਠੀਕ ਹੈ ਨਾ ਬੋਲ ਦੋ 10 ਵਜੇ ਦਾ ਟਾਈਮ ਆ ਜੋ ਉਹੀ ਟਾਈਮ ਆਏਗਾ ਹਾਂ ਹਾਂ ਟਾਈਮ ਹੈ ਹੀ ਨਹੀਂ ਹੈ ਤੇਰੇ ਕੋਲ ਬਤਾਤਾ ਹੂੰ ਆਤਾ ਹੂੰ ਇਧਰੀ ਮੈਂ ਬਤਾਤਾ ਹੂੰ ਦੋ ਚਾਰ ਛੱਡੀਆਂ ਵੜ ਦੇ ਇੱਕ ਫਾਂਟ ਮੈਂ ਹਰੇਕ ਨਾਲ ਮਖੌਲ ਨਾ ਕਰ ਤੈਨੂੰ ਧੰਨਵਾਦ ਕਰਨਾ ਚਾਹੀਦਾ ਬਾਈ ਦਾ ਵੀ 5-2 ਦਿੱਤੀਆਂ ਉਹ ਵੀ ਹੋ ਗਈਆਂ ਕਮਾਲ ਹੋ ਗਈ ਤੂੰ ਗੱਲ ਸੁਣ ਬਾਪੂ ਦੇ ਹਾਣ ਦਾ ਤੇਰੇ ਦੇ ਉਹ ਹਾਸੀ ਮਜ਼ਾਕ ਕਿਵੇਂ ਮਤਲਬ ਹੁਣ ਇਹਨਾਂ ਨੇ ਕਹਿਣਾ ਭਈਆਂ ਨੇ ਵੱਡੀਆਂ ਕਿਆ ਪਤਾ ਹੇਜ ਤੋੜਦੇ ਪੈਰ ਇਹ ਗੱਲ ਠੀਕ ਨੀ ਇੰਨਾ ਬੇਤਬਾਰੀ ਬਾਈ ਤੈਨੂੰ ਇਹਦੇ ਤੇ ਬੇਤਬਾਰੀ ਬਾਈ ਦੇ ਉਹ ਨਹੀਂ ਆਏ ਨਹੀਂ ਇੱਕ ਦੋ ਤੇਰੇ ਸਾਹਮਣੇ ਕਿਹਾ ਭਾਈ ਇਹਨੂੰ ਕਿਹਾ ਤੂੰ ਟਾਇਰ ਲੰਘਾ ਸਾਰਾ ਸਾਰੀ ਚੌੜਾ ਜਿਹਾ ਰੱਖ ਕੇ ਇੱਕ ਅੱਧੀ ਤਾਂ ਗਿਆ ਫਿਰ ਲੈ ਦੇ ਗਿਆ ਗੱਲ ਸੁਣ ਫਿਰ ਬੂਟੇ ਗਿਣ ਲਈ ਕਿੰਨੇ ਹੋਣੇ ਆ ਟੁੱਟਣੇ ਹਾਂ ਸਮਝ ਜੋੜ ਨਹੀਂ ਜੇ ਇਹ 5 ਸਾਲ ਵਾਲਾ ਹਿਸਾਬ ਕਿਤਾਬ ਚੱਲਣਾ ਉਹ ਨਾਲ ਖੜੇ ਆ ਉਹਦੇ ਨਾਲ ਦੀ ਲੈਣ ਦਿਖਾਈ ਜਾਣੀ ਬੂਟੇ ਕਿਸੇ ਨਾਲ ਦੀ ਲੈਣ ਤੋੜੀ ਜਾਣੇ ਫਿਰ ਦੇਖੋ ਗੱਲ ਤੁਹਾਨੂੰ
ਲੈ ਫਿਰ ਜਿੱਕੇ ਤੇਰੀ ਦੇ ਲਾ ਉਹ ਸਾਹਮਣੇ ਹੀ ਹੈ ਤੇਰੇ ਜਰਸੀ ਕੱਢ ਲਿਆਉਣੇ ਬਈ ਹੈ ਜਿਹੜਾ ਸੁੱਕ ਗਿਆ ਉਹ ਨਹੀਂ ਹਰਾ ਹੁੰਦਾ ਮੁੜ ਕੇ ਪੱਤੇ ਵਾਲੇ ਵੀ ਲਾ ਕੇ ਦੇਖ ਸੁੱਕੂਗਾ ਤੇ ਸੁੱਕ ਜਾਂਦਾ ਬਾਤ ਬਲੇ ਸੁੱਕਣੇ ਵਾਲਾ ਬਾਈ ਮਿਹਨਤ ਕਰਨੀ ਪੈਂਦੀ ਹੈ ਸੁੱਕਦਾ ਨਹੀਂ ਹੈ ਨਾ ਪਾਣੀ ਪਾਇਆ ਜਦ ਲਾਇਆ ਉਹ ਕਾਹਨੂੰ ਪਾਣੀ ਪਾਇਆ ਕਿੱਥੇ ਪਾਣੀ ਪਾਇਆ ਲੱਗਿਆ ਤਾਂ ਹੈ ਨਹੀਂ ਪਾਣੀ ਲੈ ਕੇ ਗੱਲ ਵੀ ਠੀਕ ਹੈ ਦੋ ਅੜਗੀਆਂ ਦੇ ਅੜੇ ਗਈਆਂ ਉਹ ਨਹੀਂ ਹਰੀਆਂ ਹੋਈਆਂ ਫਿਰ ਨੈਣਾ ਦੇਵੀ ਤੇ ਲਿਆਉਣ ਦਾ ਪਾਣੀ ਵੀ ਬਸ ਗੱਲ ਵੀ ਠੀਕ ਹੈ ਗਿਆ ਨੀ ਨਾਲ ਕਿਹਾ ਤਾਂ ਕਹਿੰਦਾ ਨਹੀਂ ਇੰਨੀ ਦੂਰ ਨੀ ਜਾਣਾ ਨਾ ਨੈਣਾ ਦੇਵੀ ਵਾਲੇ ਪਾਣੀ ਕਾ ਹਰੇ ਹੋ ਜਾਂਦੇ ਉਹ ਪਾਣੀ ਖਾਰਾ ਉਧਰ ਦਾ ਉਹ ਆਹੋ ਯਾਰ ਆਪਣਾ ਸੋਰੇ ਵਾਲਾ ਤੁਸੀਂ ਮੰਨਦੇ ਕਿ ਨਹੀਂ ਇਹ ਫਰਕ ਨਹੀਂ ਹੈਗਾ ਇੱਕ ਆਪਣਾ ਸੋਰੇ ਵਾਲਾ ਵੀ ਖਰਾਬ ਕਰਦਾ ਪਾਣੀ ਖਾਰਾ ਹੁੰਦਾ ਫਿਲਟਰ ਨਾਲ ਪਾਏ ਕਰੋ ਮੇਰੇ ਸਾਹਮਣੇ ਪਾਣੀ ਮੈਂ ਸੁੱਕੀ ਦਿਖਾਦੀ ਹਰੇ ਪਏ ਆ ਕਿਹੜਾ ਪਾਣੀ ਸਾਰੀ ਪਹਾੜੀ ਹਰੀ ਪਈ ਹੈ ਕਿ ਹਾਂ ਦੇਖ ਲੈ ਗੱਲ ਤਾਂ ਠੀਕ ਹੈ ਐਸੇ ਕਣਕ ਵੀ ਸੁੱਕੀ ਪਾਣੀ ਲੱਗੀ ਆ ਦੇਖ ਲੈ ਚਾਰੇ ਪਾਸੇ ਕਣਕ ਸੁੱਕੀ ਪਈ ਆ ਦੇਖ ਤਾਂ ਸਹੀ ਮੇਰਾ ਚਾਰੇ ਪਾਸੇ ਕਣਕ ਸੁੱਕੀ ਪਈ ਗੱਲ ਵੀ ਠੀਕ ਹੈ ਮੌਕੇ ਦੀ ਗੱਲ ਢੁਕਦੀ ਵੀ ਆ ਬਈ ਫਰਕ ਹੈ ਆਪਣੇ ਕਿੰਨੇ ਪਾਣੀ ਲਾਏ ਕਣਕ ਫੇਰ ਸੁੱਕ ਗਈ ਗੱਲ ਵੀ ਠੀਕ ਹੈ ਇਹ ਹੈ ਗੱਲ ਲੌਜਿਕ ਤਾਂ ਹੈਗਾ ਇਹਨਾਂ ਨੂੰ ਸ਼ੈਂਪੀ ਸੁਸਤਾ ਤੂੰ ਆਪੇ ਗੈਸ ਲਾ ਲਈ 5 ਮਹੀਨੇ ਵਿਆਹ ਨੂੰ ਹੋਵੇ ਲੂਸੇ ਦਿੱਤਾ ਕਿਤੇ ਅੱਗ ਲਾ ਤੀ ਵਾਢੇ ਨਹੀਂ ਮਾਰੀ ਜਾਂਦਾ ਪਹਿਲਾਂ ਤਾਂ ਖਿੰਡਿਆ ਵਾ ਬਾਈ ਹਾਂ ਇਹਦਾ ਵੀ ਉਹੀ ਨਹੀਂ ਗੱਲ ਤਾਂ ਆਉਣੇ ਵਾਲਾ ਆਉਣੇ ਵਾਲਾ ਅਸੀਂ ਹੱਥ ਕਰ ਲਓ ਸਟਾਰਟ ਕਰ ਲਓ ਨਾਲ ਮਾਰਦੇ ਤਾਂ ਇੱਥੇ ਦੇਰ ਹੋਣਾ ਇਹਦਾ ਮੈਂ ਰੱਬਾ ਇੱਧਰ ਬਾਈ ਛੁੱਟੀਆਂ ਦੇਖ ਲੈ ਕਿੱਧਰ ਨੂੰ ਚੱਲੀ ਇਹ ਤਾਂ ਕਿਸਮਤ ਆ ਨਹੀਂ ਟਰਾਈ ਕਰਕੇ ਦੇਖ ਚੱਲਦੇ ਕਰ ਸ਼ਰਤ ਲਾ ਲੈ ਮੈਂ ਉਸਨੇ ਪੱਟੂਗਾ ਆਪਣੇ ਤੇ ਤੈਨੂੰ ਚਲਾ ਕੇ ਦਿਖਾਉਂਗਾ ਦੂਗਾ ਲੈ ਹੈ ਮਨ ਦਾ ਤੂੰ ਸ਼ਰਤ ਦਾ ਲਾ ਲਾ ਉਹਦੇ ਨਾਲ ਵੀ ਤੇਰਾ ਕਿਲਾ ਫ੍ਰੀ ਕੱਢੂਗਾ ਜਦੋਂ ਚਾਲੂ ਕਰਤੀ ਠੀਕ ਹੈ ਜਿਹੜੇ ਮੇਰੇ ਘਰ ਛੱਡੀਆਂ ਸੁੱਕੀਆਂ ਵੀ ਆ ਸਾਰੀਆਂ ਨਹੀਂ 8 ਕਾਂ 7 8 ਬਸ ਪੂਰੇ ਜੋ 60 ਬੂਟਿਆਂ ਚੋਂ 8 ਛੱਟੀਆਂ ਟੁੱਟੀਆਂ ਆ ਉਹ 8 ਛੱਟੀਆਂ ਹਰੀਆਂ ਕਰਕੇ ਦਿਖਾ ਦੇ ਸੁੱਕੀਆਂ ਵੀ ਹਰੀਆਂ ਛੋੜੋ ਇਹਨੇ ਤਾਂ ਐਗਜ਼ਾਮਪਲ ਇੱਕ ਗੱਲ ਜਿੱਥੇ ਮਰਜ਼ੀ ਦੇ ਲਾ ਕੇ ਮੈਂ ਤਾਂ ਇੱਕ ਛੱਟੀ ਲਿਆਉਣੀ ਮੈਂ ਕਿਹਦੇ 8 ਲੰਬਾ ਚੱਕਰ ਪਾਤਾ ਐਗਜ਼ਾਮਪਲ ਦੀ ਗੱਲ ਹੈ ਤਾਂ ਲੈ ਐਨੇ ਦੇ ਕਿਲੇ ਦੇ ਕਢਾਈ ਨਹੀਂ ਹੋਣੀ ਜਿੰਨੇ ਮੈਂ ਛੱਟੀਆਂ ਪੱਟ ਲੈ ਜਿੰਨੇ ਜਾਣਾ 5000 ਦਾ ਜਾਣਾ 5000 ਦਾ ਵਿਕਦਾ ਯਾਰ 5000 ਲੈ ਤੂੰ ਹਰ ਗੱਲ ਕੱਟੀ ਜਾਂਦਾ ਯਾਰ 100 ਬੂਟਾ 5 ਲੱਖ ਦਾ 300 ਬੂਟਾ ਕਿਤੇ 15 ਲੱਖ ਦਾ ਕਿਲਾ ਵਿਕ ਜੂਗਾ ਹਾਂ ਹੋਰ ਵਿਕਦੇ ਆ ਜਿਹੜੇ ਬੰਦੇ ਨੇ ਕੰਮ ਕਰਨਾ ਹੋਵੇ ਨਾ ਪਨੀਰੀ ਖੜੀ ਹਾਂ ਜਾ ਕੇ ਪਾਣੀ ਲਾ ਦੇਵੇ ਹਾਂ ਨਾ ਉਹ ਤੇ ਪਹਿਲਾਂ ਹੋਊਗੀ ਨਾਲੇ ਪੁੱਛਣ ਦੀ ਲੋੜ ਨਹੀਂ ਮੈਂ ਦੇ ਦਿੱਤਾ ਤੈਨੂੰ ਆਰਡਰ ਦਿੱਤਾ ਉਹਨੇ ਛਡਾਉਣਾ ਵੀ ਨਹੀਂ ਕਿਤੇ ਯਾਰ ਮਾਲਕ ਖੜੇ ਆ ਸਰਦਾਰ ਜੀ ਆ ਕੇ ਖੜ ਗਏ ਸਾਡੇ ਠੀਕ ਹੈ ਨਾ ਰਾਜੂ ਬਾਈ ਖੜਾ ਮੈਂ ਖੜਾ ਹੁਣ
ਰੱਖੇ ਹੋਏ ਚਾਚੇ ਨੇ ਤੋੜ ਤੇਰੇ ਟਰਾਲਾ ਲਗਾ ਕੇ ਤਾਂ ਫੇਰ ਕਾਇਮ ਹੋ ਗਏ ਉਹ ਕਾਇਮ ਬਾਬਾ ਨਾਨਕ ਕਿਰਪਾ ਕਰਦਾ ਰੂਹਾਂ ਸਹੀ ਚਾਹੀਦੀਆਂ ਫੇਰ ਨਹੀਂ ਸੁੱਕਦਾ ਕੋਈ ਵੀ ਬੂਟਾ ਸਾਹਮਣੇ ਨਾ ਗੜਗੜੇ ਛੱਡੇ ਲਾ ਕੇ ਉੱਥੇ ਪੱਟ ਗਿਆ ਉੱਥੇ ਪੀਲਾ ਵੇਚੇ ਨੀ ਉਹ ਤਾਂ ਹੈ ਫੇਰ ਬਾਹਮਣ ਪੰਡਿਤ ਗੱਲ ਸੁਣ ਉਹ ਵੀ ਦੇਖਦਾ ਜੱਦਾ ਵਿਚਾਰਾ ਵੀ ਮੇਰਾ ਨੰਬਰ ਕਾਹਦਾ ਆਊ ਹੁਣ ਸਰਾਧ ਖਾਣੇ ਆ ਤੈਨੂੰ ਕਿਵੇਂ ਲੱਗਿਆ ਵੀ ਇਹਨਾਂ ਦੇ ਘਰ ਸਰਾਧ ਆ ਕਿਵੇਂ ਦੱਸ ਜੱਜਮੈਂਟ ਲਾ ਵੀ ਪਹਿਲਾਂ ਤੇਰੇ ਕਿਹੜੀ ਆ ਨਹੀਂ ਕਹਿ ਰਿਹਾ ਮੈਂ ਤੂੰ ਕਰਦੇ ਲਿਆਉਣ ਦੇ ਰੋਂਗ ਸਾਈਡ ਦੇ ਗੱਲ ਤੂੰ ਰੋਂਗ ਬਣਿਆ ਬਣਾ ਕੇ ਲੈਣੀ ਇਹਨੇ ਭਈਆ ਨੇ ਲੈਣਾ ਰੱਖ ਲਓ ਇੱਕ ਦਿਨ ਰੱਖ ਨੂੰ ਬਣਿਆ ਤਾਂ ਖਾਣਾ ਪੈਣਾ ਇਹਨਾਂ ਭਾਈ ਆਉਂਦੇ ਦੇਣਾ ਸਾਡੇ ਰਿਵਾਜ਼ ਕੱਪੜਾ ਨੀ ਦੇਣਾ ਹੈਗਾ ਚੱਲਦਾ